ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆਂ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਸਮਾਜ ਸੇਵੀ ਅਨਮੋਲ ਕਵਾਤਰਾ ਦੇ ਨਾਲ ਪੰਗਾ ਪਾਉਣ ਵਾਲਾ ਮੋਹਿਤ ਰਾਮਪਾਲ ਆਖਰਕਾਰ ਖੁਦ ਵੀ ਇੱਕ ਸਮਾਜ ਸੇਵਕ ਹੈ। ਮੋਹਿਤ ਰਾਮਪਾਲ ਨੇ ਆਪਣੀਆਂ ਉਹ ਤਸਵੀਰਾਂ ਜ਼ਾਰੀ ਕੀਤੀਆਂ ਨੇ ਜਿਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਨਹੀਂ ਸੀ ਪਤਾ। ਹੁਣ ਤੱਕ ਸਾਰੇ ਲੋਕ ਮੋਹਿਤ ਰਾਮਪਾਲ ਦੇ ਉੱਤੇ ਸਵਾਲ ਚੱਕਦੇ ਆਏ ਸੀ ਕਿ ਆਖਰਕਾਰ ਉਸਨੇ ਇੱਕ ਸਮਾਜ ਸੇਵਕ ਦੇ ਉੱਤੇ ਹਮਲਾ ਕੀਤਾ, ਪਰ ਇਹਨਾਂ ਤਸਵੀਰਾਂ ਨੂੰ ਵਾਇਰਲ ਕਰਕੇ ਮੋਹਿਤ ਰਾਮਪਾਲ ਨੇ ਵੀ ਆਪਣਾ ਪੱਖ ਰੱਖਿਆ ਹੈ। ਮੋਹਿਤ ਰਾਮਪਾਲ ਨੇ ਆਪਣੀ ਵੱਖ ਵੱਖ ਸਮਾਜ ਸੇਵਾ ਦੇ ਕੰਮ ਦੀਆਂ ਤਸਵੀਰਾਂ ਹੁਣ ਵਾਇਰਲ ਕੀਤੀਆਂ, ਜਿਸ ਵਿੱਚ ਜ਼ਿਆਦਾਤਰ ਉਹਨਾਂ ਲੋਕਾਂ ਦੇ ਨਾਲ ਬੈਠਾ ਹੈ ਜੋ ਆਮ ਤੌਰ ਦੇ ਉੱਤੇ ਲੋਕਾਂ ਦੀ ਮਦਦ ਦੇ ਮੁਹਤਾਜ ਹੁੰਦੇ ਨੇ, ਅਤੇ ਇਹਨਾਂ ਤਸਵੀਰਾਂ ਨੂੰ ਮੋਹਿਤ ਰਾਮਪਾਲ ਨੇ ਹੁਣ ਵਾਇਰਲ ਕੀਤਾ। ਅਨਮੋਲ ਕਵਾਤਰਾ ਅਤੇ ਮੋਹਿਤ ਰਾਮਪਾਲ ਦੀ ਲੜਾਈ ਦੇ ਵਿੱਚ ਕੌਣ ਸਹੀ ਹੈ ਕੌਣ ਗਲਤ, ਇਸ ਗੱਲ ਦੀ ਪੁਸ਼ਟੀ ਤਾਂ ਦੈਨਿਕ ਮੇਲ ਪੰਜਾਬੀ ਟੀਵੀ ਨਹੀਂ ਕਰਦਾ, ਪਰ ਦੂਸਰਾ ਪੱਖ ਵਿਖਾਉਣਾ ਵੀ ਜ਼ਰੂਰੀ ਹੁੰਦਾ। ਇਸ ਲਈ ਆਪਾਂ ਤੁਹਾਨੂੰ ਉਹ ਤਸਵੀਰਾਂ ਦਿਖਾ ਰਹੇ ਹਾਂ ਜਿਸ ਵਿੱਚ ਮੋਹਿਤ ਰਾਮਪਾਲ ਅਲੱਗ ਅਲੱਗ ਸਮਾਜ ਭਲਾਈ ਦੇ ਕੰਮ ਕਰਦਾ ਵਿਖਾਈ ਦੇ ਰਿਹਾ ਹੈ। ਹੁਣ ਫੈਸਲਾ ਲੈਣਾ ਲੋਕਾਂ ਦਾ ਕੰਮ ਹੈ ਕਿ ਕੌਣ ਸਹੀ ਹੈ ਜਾਂ ਕੌਣ ਗਲਤ, ਜਾਂ ਫਿਰ ਇਹ ਕੰਮ ਕਾਨੂੰਨ ਕਰੇ ਤਾਂ ਕਿ ਪਤਾ ਲੱਗੇ ਕਿ ਉਸ ਦੀ ਨਾ ਆਖਰ ਗਲਤੀ ਕਿਸ ਦੀ ਸੀ।